ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਯਾਨੀ ਕਿ ਕੈਂਬੀ ਵੱਲੋਂ। ਅਤੇ ਹੁਣ ਇਹ ਯੂਨੀਕ ਜੀ ਗੇਮ ਆ, ਆਪਾਂ ਮੇਰੀਆਂ ਫੋਟੋਆਂ ਸ਼ੋਅ ਹੋਣੀਆਂ ਇੱਧਰ ਅਤੇ ਇੱਧਰ, ਅਤੇ ਮੈਂ ਉਹਨਾਂ ਪਿਕਚਰਸ ਨੂੰ ਦੇਖ ਕੇ ਉਹ ਮੈਮਰੀ ਯਾਦ ਕਰਨੀ ਆ ਜਦੋਂ ਉਹ ਕਲਿੱਕ ਹੋਈ ਸੀ ਅਤੇ ਉਹਦੇ ਨਾਲ ਕੋਈ ਵੀ ਰਿਲੇਟਡ ਕੋਈ ਵੀ ਨਿਊਜ਼ ਹੋਈ ਅਤੇ ਇਨਫੋਰਮੇਸ਼ਨ ਹੋਈ ਤਾਂ ਮੈਂ ਉਹ ਦੱਸਣਾ। ਬੈਸਟ ਆ ਇਹ ਫੋਟੋ ਆ ਜੀ ਕੈਨੇਡਾ ਦੀ, ਕੈਨੇਡਾ ਵੰਡਰਲੈਂਡ ਸ਼ੋ ਬਹੁਤਿਆਂ ਨੇ ਸੁਣਿਆ। ਉਹ ਦੁਨੀਆ ਦਾ, ਆਈ ਗੈਸ ਮੇਰੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਫੇਮਸ ਪੰਜਾਬੀ ਮੇਲਾ ਕੈਨੇਡਾ ਦੇ ਵਿੱਚ, ਟੋਰਾਂਟੋ ਦੇ ਵਿੱਚ ਹੁੰਦਾ ਵੰਡਰਲੈਂਡ ਦੇ ਵਿੱਚ। ਅਤੇ ਉਦੋਂ ਦੀ ਫੋਟੋ ਆ, ਮੈਂ ਪਹਿਲੀ ਵਾਰ ਉਸ ਮੇਲੇ ਦੇ ਉੱਤੇ ਗਾਇਆ ਸੀਗਾ ਅਤੇ ਮੇਰਾ ਇੱਕ ਡ੍ਰੀਮ ਸੀ, ਮੇਰੀ ਇੱਕ ਬਕਲਿਸਟ ਸੀ ਕਿ ਮੈਂ ਉਸ ਮੇਲੇ ਦੇ ਉੱਤੇ ਪਰਫੋਰਮ ਕਰਨਾ, ਅਤੇ ਮੈਂ ਪਹਿਲੀ ਵਾਰ ਪਰਫੋਰਮ ਕੀਤਾ ਸੀ। ਇਹ ਥੋੜ੍ਹੀ ਜਿਹੀ ਫਨੀ ਆ। ਇਹ ਆ ਜੀ ਜਦੋਂ ਦੇਸੀ ਸਵੈਗ ਰੈਕਡ ਗਾਣਾ ਰਿਕਾਰਡ ਕੀਤਾ ਸੀ ਨਾ, ਅਤੇ ਆਡੀਓ ਬਹੁਤ ਵਧੀਆ ਬਣ ਗਿਆ ਸੀਗਾ, ਸਾਨੂੰ ਲੱਗ ਰਿਹਾ ਸੀ, ਸਾਡੇ ਫਰੈਂਡਸ ਨੂੰ ਜਿੰਨਿਆਂ ਨੂੰ ਵੀ ਸੁਣਾਇਆ ਸਾਰੇ ਜਾਣੇ ਐਪਰੀਸ਼ੀਏਟ ਕਰ ਰਹੇ ਸੀ। ਸੋ ਮੈਨੂੰ ਸੀਗਾ ਮੇਰਾ ਚੈਲੇਂਜ ਟੂ ਨਾਸਾ ਗਾਣਾ ਬਹੁਤ ਜ਼ਿਆਦਾ ਮਕਬੂਲ ਹੋਇਆ ਸੀ, ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ। ਮੈਨੂੰ ਸੀ ਨੈਕਸਟ ਗਾਣੇ ਦੇ ਵਿੱਚ ਕੁਛ ਨਾ ਕੁਛ ਵੱਡਾ ਕੀਤਾ ਜਾਵੇ। ਗਾਣਾ ਵਧੀਆ ਬਣਿਆ, ਵੀਡੀਓ ਦਾ ਕੰਸੈਪਟ ਹੋ ਗਿਆ। ਮੈਂ ਨਾ ਥੋੜ੍ਹਾ ਜਿਹਾ ਨਵੀਆਂ ਚੀਜ਼ਾਂ ਟਰਾਈ ਕਰਨ ਨੂੰ ਮੈਂ ਡੇਰਿੰਗ ਹਾਂ, ਅਤੇ ਮੈਨੂੰ ਲੱਗਾ ਮੈਂ ਕਿਹਾ ਸਕੂਲੇ ਵੀ ਭੰਗੜਾ ਭੰਗੜਾ ਪਾਈ ਲਈਦਾ ਥੋੜ੍ਹਾ ਬਹੁਤਾ। ਅਤੇ ਮੈਂ ਨਾ ਇੱਕ ਕੋਰੀਓਗ੍ਰਾਫਰ ਕੋਲ ਚਲ ਗਿਆ, ਮੈਂ ਕਿਹਾ ਯਾਰ ਮੈਨੂੰ ਡਾਂਸ ਡੂਸ ਸਿਖਾ ਦੇ, ਅਤੇ ਮੈਂ ਕਿਹਾ ਮੈਂ ਗਾਣੇ 'ਚ ਡਾਂਸ ਕਰਨਾ। ਉਹਨੇ ਮੈਨੂੰ ਪਤਾ ਨਹੀਂ ਉਹ ਕਿਹੜਾ ਡਾਂਸ ਡੂਸ ਜਿਹਾ ਹੁੰਦਾ ਹੈ, ਹੱਥ ਉੱਥੇ ਜਿਹਾ ਮਾਰ ਕੇ $50 ਲੈ ਲਏ 2 ਘੰਟਿਆਂ ਦੇ, ਮੈਨੂੰ ਨਹੀਂ ਭੱਲੇ ਪਿਆ ਕੁਛ, ਮੈਂ ਕਿਹਾ ਯਾਰ ਮੈਂ ਨਹੀਂ ਕਰਨਾ, ਮੈਂ ਚੱਲਾਂ। ਅਤੇ ਉਦੋਂ ਉਹਨੇ ਆਪਣੇ ਰੈਕਡ ਲਈ ਫੋਟੋ, ਬੰਦਾ ਬਹੁਤ ਨਾਈਸ ਆ, ਪਰ ਉਹਨੇ ਆਪਣੇ ਰੈਕਡ ਲਈ ਕਿ ਮੈਂ ਇਹਨੂੰ ਕੈਮੀ ਨੂੰ ਡਾਂਸ ਸਿਖਾਇਆ, ਉਹਨੇ ਫੋਟੋ ਕਲਿੱਕ ਕੀਤੀ ਸੀ ਉਹ ਫੋਟੋ। ਯਾਰ ਯਾਨੀ ਕਿ ਥੰਮਸ ਅਪ ਆ ਤੁਹਾਨੂੰ ਸਪੀਡ ਵਾਲਿਆਂ ਨੂੰ, ਫੋਟੋਆਂ ਪਤਾ ਨਹੀਂ ਕਿੱਥੋਂ ਕੱਢ ਕੱਢ ਲਿਆਉਂਦੀਆਂ ਤੁਸੀਂ। ਇਹ ਫੋਟੋ ਆ ਜੀ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਦੀ, ਅਤੇ ਜਦੋਂ ਮੈਂ ਚੈਲੇਂਜ ਟੂ ਨਾਸਾ ਮੇਰਾ ਪਹਿਲਾ ਸੌਂਗ ਮੈਂ ਸ਼ੂਟ ਕਰਨ ਗਿਆ ਸੀਗਾ, ਅਤੇ ਜਦੋਂ ਸੁੱਖ ਸੰਘੇੜਾ ਮੇਰਾ ਵੀਡੀਓ ਡਾਇਰੈਕਟਰ ਮੇਰੇ ਆਲੇ ਦੁਆਲੇ ਕੈਮਰਾ ਜਿਹਾ ਘੁਮਾਈ ਫਿਰਦਾ ਸੀ ਡਾਊਨ ਟਾਊਨ ਦੇ ਵਿੱਚ, ਅਤੇ ਇਹ ਆ ਦੋਵੇਂ ਇਹ ਗੋਰੀਆਂ ਆ, ਉਹਨਾਂ ਦੇ ਆਈ ਮੀਨ ਗੋਰੇ ਆ ਇਹ, ਅਤੇ ਇਹਨਾਂ ਨੇ ਜਦੋਂ ਦੇਖਿਆ ਇਹਦੀ ਵੀਡੀਓ ਬਣ ਰਹੀ ਆ, ਇਹਦੇ ਪਿੱਛੇ ਪਿੱਛੇ ਘੁੰਮਦੇ ਆ, ਮੈਨੂੰ ਕਹਿੰਦੇ ਕਿ ਤੂੰ ਸੈਲੈਬ੍ਰਿਟੀ ਆ। ਮੈਂ ਕਿਹਾ ਸੈਲੈਬ੍ਰਿਟੀ ਤਾਂ ਨਹੀਂ, ਪਰ ਹਾਂ ਮੈਂ ਗਾਣੇ ਗੁਣੇ ਗਾਉਣਾ। ਸੋ ਕਹਿੰਦੇ ਤੁਹਾਡੇ ਨਾਲ ਇੱਕ ਫੋਟੋ ਖਿਚਾ ਲਈਏ, ਮੈਂ ਕਿਹਾ ਖਿਚਾ ਲਓ। ਸੋ ਆਪਾਂ ਇਹਨਾਂ ਨਾਲ ਫੋਟੋ ਖਿਚਾ ਕੇ ਆਪਣੇ ਫੋਨ 'ਚ ਵੀ ਰੱਖ ਲਈ, ਮੈਂ ਕਿਹਾ ਫੁਕਰੀ ਜੀ ਮਾਰ ਲਾਂਗੇ, ਅਤੇ ਗੋਰੇ ਵੀ ਆਪਣੇ ਫੈਨ ਆ। ਇਹ ਫੋਟੋ ਤਾਂ ਮੇਰੀ ਜਾਨ ਆ, ਆਪਣਾ ਗੋਲਡਨ ਭਰਾ, ਆਪਣਾ ਐਵੀ ਭਰਾ, ਆਪਣਾ ਸੁਖੀ ਮਿਊਜ਼ੀਕਲ ਡਾਕਟਰਸ, ਜਿਹੜਾ ਵਨ ਐਂਡ ਆਲ ਦੀ ਮਿਊਜ਼ਿਕ ਡਾਇਰੈਕਟਰ, ਜਿਹਨੇ ਪਹਿਲੇ ਦਿਨ ਤੋਂ ਮੇਰੀ ਸਪੋਰਟ ਕੀਤੀ, ਬਾਕੀਆਂ ਨੇ ਵੀ ਕੀਤੀ ਪਰ ਉਹ ਬੰਦਾ ਪਹਿਲੇ ਦਿਨ ਤੋਂ ਮੇਰੇ ਨਾਲ ਆ। ਅਤੇ ਇਹ ਫੋਟੋ ਆਪਾਂ ਸੁੱਖੀ ਦੇ ਨਵੇਂ ਸਟੂਡੀਓ ਦੇ ਵਿੱਚ ਕਲਿੱਕ ਕੀਤੀ ਸੀ, ਅਤੇ ਮੈਂ ਪਹਿਲਾ ਸਿੰਗਰ ਤਾਂ ਚਲੋ ਮੈਂ ਹੈ ਨਹੀਂ, ਪਹਿਲਾ ਗਾਉਣ ਗੂਣ ਵਾਲਾ ਜਿਹੜਾ ਉਹਦੇ ਸਟੂਡੀਓ 'ਚ ਮੈਂ ਗਿਆ, ਜਾਣੀ ਕਿ ਮੈਂ ਸ਼ੁਰੂਆਤ ਕੀਤੀ। ਸੁੱਖੀ ਤੇਰੇ ਚੰਗੇ ਦਿਨ ਆਉਣ ਵਾਲੇ ਆ। ਇਹ ਜੀ ਮੇਰੇ ਮੰਮੀ ਅਤੇ ਨਾਲ ਮੇਰਾ ਭਤੀਜਾ, ਮੈਂ ਹਾਲੇ ਤੱਕ ਮਿਲਿਆ ਨਹੀਂ ਇਹਨੂੰ, ਹੁਣ 1.5 ਸਾਲ ਦਾ ਹੋ ਗਿਆ। ਅਤੇ ਆ ਮੈਨੂੰ ਪਤਾ ਨਹੀਂ ਕਿੱਦਣ ਟੈਲੀਕਾਸਟ ਹੋਣਾ ਇਹ ਪ੍ਰੋਗਰਾਮ, ਅਤੇ ਮੈਂ ਕੱਲ੍ਹ ਨੂੰ ਜਾ ਰਿਹਾ ਆਪਣੇ ਘਰ। ਇਹ ਫੋਟੋ ਆ ਜੀ, ਮੈਂ ਆਪਣੇ ਸਕੂਲ ਦੇ ਟ੍ਰਿਪ 'ਤੇ ਗਿਆ ਸੀ ਕੈਨੇਡਾ ਦੇ ਵਿੱਚ ਸਡਬਰੀ, ਅਤੇ ਉੱਥੇ ਰਾਹ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਲੰਬਾ ਸੀ ਰਾਹ, ਅਤੇ ਆਪਾਂ ਰਾਹ ਦੇ ਵਿੱਚ ਰੁਕੇ ਸੀ ਖਾਣ ਨੂੰ, ਅਤੇ ਉੱਥੇ ਇਹ ਮੈਂ ਫੂਡ ਕੋਰਟ ਦੇ ਬਾਹਰ ਫੋਟੋ ਕਲਿੱਕ ਕਰਵਾਈ ਸੀ ਆਪਣੇ ਸਾਰੇ ਫਰੈਂਡਸ ਦੇ ਨਾਲ। ਜਿੱਦਾਂ ਕਿ ਤੁਸੀਂ ਦੇਖਿਆ ਹੀ ਆ, ਇੰਨਾ ਸੋਹਣਾ ਮੁੰਡਾ ਕੌਣ ਹੋ ਸਕਦਾ। ਇਹ ਮੇਰੀ ਛੋਟੇ ਹੁੰਦੇ ਦੀ ਫੋਟੋ ਆ, ਅਤੇ ਗੁੱਗਲੂ ਮੁੱਗਲੂ ਸੀ ਮੈਂ, ਹੁਣ ਥੋੜ੍ਹਾ ਜਿਹਾ ਕੋਈ ਨਹੀਂ, ਦੁਬਾਰਾ ਆਪਾਂ ਹੋ ਜਾਣਾ ਫਿੱਟ, ਬਾਬਾ ਮਿਹਰ ਕਰੇ, ਇੰਡੀਆ 'ਚ ਆ ਗਏ ਹਾਂ, ਹੁਣ ਜਿੰਮ ਜੁੰਮ ਲਾਉਂਦੇ ਹਾਂ। ਅਤੇ ਆਈ ਗੈਸ ਇੱਥੇ ਹੀ ਇਹ ਸੈਗਮੈਂਟ ਹੁੰਦਾ ਖਤਮ, ਅਤੇ ਤੁਸੀਂ ਜੁੜੇ ਰਹੋ ਸਪੀਡ ਰੈਕਡ ਦੇ ਨਾਲ, ਆਉਣ ਵਾਲੇ ਗਾਣੇ ਆਪਣੇ ਬੈਕ ਟੂ ਬੈਕ ਪਲੈਨਡ ਆ, ਅਤੇ ਬਹੁਤ ਜਲਦੀ ਬੈਂਕ ਬੈਂਕ।